ਜੇ ਆਮ ਆਦਮੀ ਪਾਰਟੀ ਪੁਤਲੇ ਫੂਕ ਰਹੀ ਹੈ ਉਹ ਵੀ ਵਿਅਕਤੀਗਤ ਬੰਦਿਆਂ ਦੇ ਨਾਂ ਲੈ ਕੇ ਫੂਕ ਰਹੀ ਹੈ, ਜੇ ਅਕਾਲੀ ਦਲ ਫੂਕ ਰਿਹਾ ਤਾਂ ਉਹ ਵੀ ਵਿਅਕਤੀਗਤ ਬੰਦਿਆਂ ਦੇ ਨਾਂ ਲੈ ਕੇ ਫੂਕ ਰਿਹਾ। ਉਹ ਮਸਲਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰ ਦਾ, ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦਾ, ਔਰ ਉਹ ਜਿਹੜਾ ਅਪਮਾਨ ਹੋਇਆ ਉਹਦਾ ਨਾਂ ਹੀ ਕੋਈ ਨਹੀਂ ਅੱਜ। ਔਰ ਮੈਂ ਸਮਝਦਾ ਕਿ ਇਹਦੇ ਨਾਲ ਸਿੱਖ ਹਿਰਦਿਆਂ ਨੂੰ ਬੜੀ ਵੱਡੀ ਠੇਸ ਪਹੁੰਚੀ ਹੈ, ਔਰ ਜਿਹੜੇ ਪਹਿਲਾਂ ਹੀ ਬਲੂੰਦਰੇ ਹੋਏ ਹਿਰਦੇ ਸੀ ਸਿੱਖਾਂ ਦੇ ਹੀ ਨਹੀਂ, ਗੁਰੂ ਨਾਨਕ ਨਾਮ ਲੈਵਾ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਆਸਥਾ ਵਿਸ਼ਵਾਸ 'ਤੇ ਭਰੋਸਾ ਰੱਖਦੇ ਨੇ, ਉਹ ਲੋਕਾਂ ਦੇ ਹਿਰਦੇ ਨੂੰ ਹੋਰ ਬਹੁਤ ਗਹਿਰੀ ਸੱਟ ਵੱਜੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਹੋਏ ਖੁਲਾਸੇ ਤੋਂ ਬਾਅਦ ਅਕਾਲੀ ਦਲ ਦਾ ਹਰ ਪਾਸੇ ਤਿੱਖਾ ਵਿਰੋਧ ਕੀਤਾ ਜਾ ਰਿਹਾ। ਜਿੱਥੇ ਪਹਿਲਾਂ ਬਾਦਲ ਸਿਰਫ ਵਿਰੋਧੀਆਂ ਦੇ ਨਿਸ਼ਾਨੇ ਤੇ ਸੀ, ਹੁਣ ਉਹਨਾਂ ਦੇ ਕਰੀਬੀ ਵੀ ਉਹਨਾਂ ਦੇ ਖਿਲਾਫ ਹੁੰਦੇ ਨਜ਼ਰ ਆ ਰਹੇ ਨੇ। ਤੇ ਇਸੇ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਵੱਡਾ ਬਿਆਨ ਸਾਹਮਣੇ ਆਇਆ, ਜਿਸ 'ਚ ਉਹਨਾਂ ਨੇ ਬਾਦਲਾਂ ਤੇ ਤੀਖੇ ਤੰਜ ਕੱਸਦਿਆਂ ਹੋਇਆ ਕਿਹਾ ਕਿ ਬਾਦਲਾਂ ਨੂੰ ਆਪਣੀ ਗਲਤੀ ਦਾ ਪਸ਼ਚਾਤਾਪ ਕਰਨਾ ਚਾਹੀਦਾ, ਨਾ ਕਿ ਧਰਨੇ ਦੇਣੇ ਚਾਹੀਦੇ ਨੇ। ਇਸ ਤੋਂ ਇਲਾਵਾ ਉਹਨਾਂ ਆਪਣੇ ਮਨ ਦੀ ਭੜਾਸ ਕਰਦੇ ਹੋਇਆ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਕਾਰਨ ਪਹਿਲਾਂ ਹੀ ਸਿੱਖਾਂ ਦੇ ਮਨਾਂ ਨੂੰ ਬਹੁਤ ਵੱਡਾ ਧੱਕਾ ਲੱਗਿਆ ਤੇ ਹੁਣ ਵਿਧਾਨ ਸਭਾ 'ਚ ਬਹਿਸ ਕਰਨ ਦੀ ਬਜਾਏ ਅਕਾਲੀਆਂ ਨੇ ਵਾਕਆਊਟ ਕਰਨਾ ਜ਼ਰੂਰੀ ਸਮਝਿਆ। ਤੇ ਉਧਰ ਦੂਜੇ ਪਾਸੇ ਪੰਜਾਬ ਭਰ 'ਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਤੇ ਬੋਲਦਿਆਂ ਮੱਕੜ ਨੇ ਕਿਹਾ ਕਿ ਰੋਸ ਮੁਜ਼ਾਹਰੇ ਕਰਨ ਨਾਲ ਜਾਂ ਪੁਤਲੇ ਫੂਕਣ ਨਾਲ ਇਨਸਾਫ ਨਹੀਂ ਮਿਲੇਗਾ। ਦੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਨਿਰਾਦਰ ਪਿਛਲੇ ਸਮੇਂ 'ਚ ਹੋਇਆ ਬਰਗਾੜੀ ਕਾਂਡ ਦੇ ਵਿੱਚ, ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚੋਰੀ ਕੀਤੇ ਗਏ ਗੁਰਦੁਆਰਾ ਸਿੰਘ ਵਾਲਾ ਤੋਂ, 4 ਮਹੀਨੇ ਤੋਂ ਬਾਅਦ ਫਿਰ ਇੱਕ ਨੋਟਿਸ ਜਿਹਾ ਲਾ ਕੇ ਸਾਡੇ ਕੋਲ ਹੈ ਗੁਰੂ ਗ੍ਰੰਥ ਸਾਹਿਬ, ਅਤੇ 17ਵੇਂ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਜਿਹੜੇ ਸੀ ਜਿਹੜੇ ਕਿ ਉਹਨਾਂ ਨੇ ਪਾੜ ਕੇ ਰੱਖੇ ਹੋਏ ਸੀਗੇ, ਉਹਨਾਂ ਨੇ ਉਹ ਗਲੀਆਂ ਦੇ ਵਿੱਚ, ਰੂੜੀਆਂ ਦੇ ਨਾਲੀਆਂ ਦੇ ਵਿੱਚ ਬਥੇਰ ਕੇ ਬੜਾ ਘੋਰ ਅਪਮਾਨ ਕੀਤਾ। ਔਰ ਮੈਂ ਸਮਝਦਾ ਕਿ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਚਾਹੇ ਉਹ ਸਾਡੀ ਸਰਕਾਰ ਸੀ, ਚਾਹੇ ਉਹ ਰਾਜਾ ਜੀ ਦੀ ਸਰਕਾਰ ਹੈ, ਕੈਪਟਨ ਕੁਰਾਲ ਦੀ ਸਰਕਾਰ ਹੈ, ਅਜੇ ਤੱਕ ਦੋਸ਼ੀਆਂ ਨੂੰ ਨਾ ਫੜਿਆ ਗਿਆ, ਨਾ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਹੋਈ ਹੈ, ਅਤੇ ਸਜ਼ਾਵਾਂ ਤੱਕ ਦਿੱਤੀ ਗਈ। ਔਰ ਮੈਂ ਸਮਝਦਾ ਕਿ ਉਸ ਤੋਂ ਬਾਅਦ ਪਹਿਲਾਂ ਤਾਂ ਅਕਾਲੀ ਦਲ ਨੇ ਜੋਰਾ ਸਿੰਘ ਕਮਿਸ਼ਨ ਦਾ ਗਠਨ ਕੀਤਾ, ਜਸਟਿਸ ਜੋਰਾ ਸਿੰਘ ਦੇ ਨਾਂ 'ਤੇ, ਔਰ ਜਸਟਿਸ ਜੋਰਾ ਸਿੰਘ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਹੈ, ਕਿਉਂਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਉਹਦਾ ਗਠਨ ਕੀਤਾ ਗਿਆ ਸੀ, ਉਹ ਰਿਪੋਰਟ ਨੂੰ ਚੀਫ ਸੈਕਟਰੀ ਨੇ ਰਿਸੀਵ ਹੀ ਨਹੀਂ ਕੀਤਾ। ਜਸਟਿਸ ਜੋਰਾ ਸਿੰਘ ਕਈ ਘੰਟੇ ਚੀਫ ਸੈਕਟਰੀ ਦੇ ਦਫ਼ਤਰ ਦੇ ਬਾਹਰ ਬੈਠੇ। ਔਰ ਮੈਂ ਸਮਝਦਾ ਕਿ ਇਸ ਤੋਂ ਵੱਡੀ ਬਦਕਿਸਮ ਦੀ ਕੀ ਹੋ ਸਕਦੀ ਹੈ ਕਿ ਜਿਹੜਾ ਗਠਨ ਅਕਾਲੀ ਦਲ ਦੀ ਸਰਕਾਰ ਨੇ ਮੈਂ ਕਮਿਸ਼ਨ ਬਣਾਇਆ ਹੋਵੇ ਉਹਦੀ ਰਿਪੋਰਟ ਨੂੰ ਰਿਸੀਵ ਹੀ ਨਾ ਕਰੇ, ਫਿਰ ਉਹਨੂੰ ਪੜ੍ਹ ਕੇ ਉਹਦੇ ਖਿਲਾਫ਼ ਜੇ ਕਾਰਵਾਈ ਹੋ ਜਾਂਦੀ ਤਾਂ ਅਜੇ ਦਿਨਾਂ ਦੇਖਣੇ ਪੈਂਦੇ। ਔਰ ਫਿਰ ਕੈਪਟਨ ਸਰਾਂ ਦੀ ਸਰਕਾਰ ਆ ਗਈ, ਇਹਨਾਂ ਨੇ ਜਸਟਿਸ ਰਣਜੀਤ ਸਿੰਘ ਦੇ ਨਾਂ 'ਤੇ ਕਮਿਸ਼ਨ ਦਾ ਗਠਨ ਕਰਤਾ, ਉਹਦੀ ਰਿਪੋਰਟ ਆ ਗਈ। ਔਰ ਰਿਪੋਰਟ ਆਉਣ ਤੋਂ ਬਾਅਦ ਮੈਂ ਸਮਝਦਾ ਕਿ ਅੱਜ ਕੱਲ੍ਹ ਇੰਨਾ ਮਾਹੌਲ ਗਰਮ ਹੋਇਆ ਪੰਜਾਬ ਦਾ ਜਿਹਦਾ ਅੰਤਸਾਰ, ਔਰ ਉਹ ਅਸੈਂਬਲੀ ਦੇ ਵਿੱਚ ਉਹ ਪੁਟਅਪ ਕੀਤੀ ਗਈ ਰਿਪੋਰਟ, ਅਕਾਲੀ ਦਲ ਬਾਈਕਾਟ ਕਰ ਗਿਆ। ਔਰ ਮੈਂ ਸਮਝਦਾ ਕਿ ਦੇਖੋ ਉੱਥੇ ਮੈਂ ਸਮਝਦਾ ਕਿ ਨਾ ਤਾਂ ਵਿਧਾਨ ਸਭਾ ਦੇ ਅੰਦਰ ਕੋਈ ਸੰਜੀਦਗੀ ਸੀ, ਜਿਸ ਤਰ੍ਹਾਂ ਦਾ ਮਸਲਾ ਸੀ ਗੰਭੀਰ ਮਸਲਾ ਸੀ, ਨਾ ਤਾਂ ਉੱਥੇ ਕੋਈ ਸੰਜੀਦਗੀ ਦੇਖਣ ਨੂੰ ਮਿਲੀ, ਅਤੇ ਨਾ ਬਾਹਰ ਜਿਹੜੇ ਅਕਾਲੀ ਦਲ ਦੀ ਲੀਡਰਸ਼ਿਪ ਦਾ ਉਹ ਬਣ ਰਿਹਾ ਸੀ ਜਾਂ ਸੈਸ਼ਨ ਬਣ ਰਿਹਾ, ਜਾਂ ਵੈਸੇ ਵੀ ਜਦੋਂ ਉਹ ਆਏ ਨੇ ਅਤੇ ਉਹ ਰਿਪੋਰਟ ਨੂੰ ਪਾਰ ਪੂਰ ਕੇ ਦਿੱਤਾ, ਤਾਂ ਉਦੋਂ ਕੋਈ ਸੰਜੀਦਗੀ ਦੇਖਾ ਸੀ। ਔਰ ਮੈਂ ਸਮਝਦਾ ਕਿ ਇਹਦੇ ਨਾਲ ਸਿੱਖ ਹਿਰਦਿਆਂ ਨੂੰ ਬੜੀ ਵੱਡੀ ਠੇਸ ਪਹੁੰਚੀ ਹੈ, ਔਰ ਜਿਹੜੇ ਪਹਿਲਾਂ ਹੀ ਬਲੂੰਦਰੇ ਹੋਏ ਹਿਰਦੇ ਸੀ ਸਿੱਖਾਂ ਦੇ ਹੀ ਨਹੀਂ, ਗੁਰੂ ਨਾਨਕ ਨਾਮ ਲੈਵਾ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਆਸਥਾ ਵਿਸ਼ਵਾਸ 'ਤੇ ਭਰੋਸਾ ਰੱਖਦੇ ਨੇ, ਉਹ ਲੋਕਾਂ ਦੇ ਹਿਰਦੇ ਨੂੰ ਹੋਰ ਬਹੁਤ ਗਹਿਰੀ ਸੱਟ ਵੱਜੀ। ਫਿਰ ਅਕਾਲੀ ਦਲ ਨੂੰ ਬਾਈਕਾਟ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੇ ਵੀ ਕੋਈ ਗੰਭੀਰਤਾ ਦਾ ਨਹੀਂ ਦਿਖਾਇਆ, ਉਹਨਾਂ ਨੇ ਵੀ ਕਰਤਾਰ ਕੁਸ਼ੀ ਵੀ ਕੀਤੀ ਹੈ,
ਰਿਪੋਰਟ ਤਾਂ ਘੱਟ ਬੋਲੇ ਹੋਣਗੇ, ਕਰਤਾਰ ਕੁਸ਼ੀ ਤਾਂ ਬਹੁਤਾ ਜ਼ਿਆਦਾ ਬੋਲੇ ਹੋਣਗੇ, ਬੋਲੇ ਨੇ। ਔਰ ਮੈਂ ਸਮਝਦਾ ਕਿ ਉੱਥੇ ਬਾਈਕਾਟ ਨਹੀਂ ਸੀ ਕਰਨਾ ਚਾਹੀਦਾ, ਚਾਹੇ ਕੁਛ ਵੀ ਸੀਗਾ, ਅਤੇ ਉਹਨਾਂ ਨੂੰ ਉੱਥੇ ਜਾਣਾ ਚਾਹੀਦਾ ਸੀ। ਹੁਣ ਉੱਥੇ ਨਾ ਜਾ ਕੇ ਹੁਣ ਉਹ ਜਿਹੜੀ ਆਪਾਂ ਗਲਤੀ ਕਰ ਗਏ, ਸ਼੍ਰੋਮਣੀ ਅਕਾਲੀ ਦਲ ਇੱਕ ਮਿਸ ਕਰ ਗਿਆ ਚਾਂਸ ਨੂੰ, ਉਹਨੂੰ ਕਵਰ ਅਪ ਕਰਨ ਵਾਸਤੇ ਹੁਣ ਅਸੀਂ ਦੇਖੋ ਹੁਣ ਅਸੀਂ ਧਰਨਿਆਂ 'ਤੇ ਮੁਜ਼ਾਹਰਿਆਂ 'ਤੇ ਪੁਤਲੇ ਫੂਕਣ 'ਤੇ ਆ ਗਏ, ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੇ ਇਸ਼ੂ 'ਤੇ ਪੁਤਲੇ ਫੂਕਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਨਾਲ ਪੁਤਲੇ ਤਾਂ ਉਹਨਾਂ ਦੇ ਫੂਕੋ ਜਿਹਨਾਂ ਗੁਰੂ ਗ੍ਰੰਥ ਸਾਹਿਬ ਦਾ ਅਨਾਦਰ ਕੀਤਾ, ਅਜੇ ਉਹਨਾਂ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ। ਅੱਜ ਸਬਜੈਕਟ ਹੀ ਬਦਲ ਗਿਆ, ਜੇ ਆਮ ਆਦਮੀ ਪਾਰਟੀ ਪੁਤਲੇ ਫੂਕ ਰਹੀ ਹੈ ਉਹ ਵੀ ਵਿਅਕਤੀਗਤ ਬੰਦਿਆਂ ਦੇ ਨਾਂ ਲੈ ਕੇ ਫੂਕ ਰਹੀ ਹੈ, ਜੇ ਅਕਾਲੀ ਦਲ ਫੂਕ ਰਿਹਾ ਤਾਂ ਉਹ ਵੀ ਵਿਅਕਤੀਗਤ ਬੰਦਿਆਂ ਦੇ ਨਾਂ ਲੈ ਕੇ ਫੂਕ ਰਿਹਾ। ਉਹ ਮਸਲਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਨਰਾਦਰ ਦਾ, ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦਾ, ਔਰ ਉਹ ਜਿਹੜਾ ਅਪਮਾਨ ਹੋਇਆ ਉਹਦਾ ਨਾਂ ਹੀ ਕੋਈ ਨਹੀਂ। ਅੱਜ ਉਹ ਇੱਥੇ ਫੂਕੀ ਜਾਂਦਾ, ਉੱਥੇ ਫੂਕੀ ਜਾਂਦਾ। ਆਹ ਇੱਥੇ ਆਹ ਦੋ ਗੁਰਦੁਆਰੇ ਨੇ, ਇੱਕ ਤਾਂ ਆਪਾਂ ਪਹਿਲਾਂ ਗਲਤੀ ਕੀਤੀ, ਆਹ ਦੋ ਗੁਰਦੁਆਰਾ ਸਾਹਿਬਾਨ ਨੇ, ਇੱਥੇ ਹਜ਼ਾਰਾਂ ਦੀ ਗਿਣਤੀ ਸੰਗਤਾਂ ਰੋਜ਼ ਜੁੜਦੀਆਂ, ਸਾਰਾ ਦਿਨ ਜੁੜਦੀਆਂ, ਇੱਥੇ ਫੂਕ ਕੇ 20-25 ਬੰਦੇ ਆ ਕੇ ਇੱਥੇ ਪੁਤਲਾ ਫੂਕ ਕੇ ਚਲੇ ਗਏ ਗੁਰਦੁਆਰਿਆਂ ਦੇ ਸਾਹਮਣੇ। ਲੋਕਾਂ ਨੇ ਚੰਗਾ ਕਹਿਣਾ ਇਹਨਾਂ ਨੂੰ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਹੋਇਆ, ਦੂਜੇ ਪਾਸੇ ਤੁਸੀਂ ਗੁਰਦੁਆਰਿਆਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਪੁਤਲੇ ਫੂਕ ਕੇ ਜਾਂਦੇ ਹੋ ਤਾਂ ਹੋਰ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਹੋ ਗਿਆ। ਤਾਂ ਮੈਂ ਸਮਝਦਾ ਕਿ ਇਹ ਪੁਤਲੇ ਫੂਕਣ ਦੀ ਰਾਜਨੀਤੀ ਨਾ ਕਾਂਗਰਸ ਨੂੰ ਕਰਨੀ ਚਾਹੀਦੀ ਹੈ, ਨਾ ਆਮ ਆਦਮੀ ਪਾਰਟੀ ਨੂੰ ਕਰਨੀ ਚਾਹੀਦੀ ਹੈ, ਅਤੇ ਅਕਾਲੀ ਦਲ ਨੂੰ ਤਾਂ ਕਤਾਈ ਤੌਰ 'ਤੇ ਨਹੀਂ ਕਰਨੀ ਚਾਹੀਦੀ। ਔਰ ਇਕੱਠੇ ਹੋ ਕੇ ਮੈਂ ਅੱਜ ਵੀ ਕਹਿੰਦਾ ਸਾਨੂੰ ਪਛਤਾਪ ਕਰਨ ਦੀ ਲੋੜ ਹੈ, ਅਕਾਲੀ ਦਲ ਨੂੰ ਆਤਮ ਮੰਥਨ ਕਰਨ ਦੀ ਲੋੜ ਹੈ ਕਿ ਕੀ ਕਮੀਆਂ ਰਹਿ ਗਈਆਂ, ਕਿਹਦੇ ਕਰਕੇ ਅਸੀਂ ਜਿਹੜਾ ਬੈਕਵਰਡ 'ਤੇ ਗਏ ਹਾਂ, ਵੀ ਸਾਨੂੰ ਉਹਦਾ ਹੱਲ ਕਰਨਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਇੱਕ ਸ਼ਹੀਦਾਂ ਦੀ ਜਥੇਬੰਦੀ ਹੈ, ਬੜੇ ਸੰਘਰਸ਼ 'ਚੋਂ ਆਈ ਹੈ, ਔਰ ਸ਼੍ਰੋਮਣੀ ਕਮੇਟੀ ਵੀ ਬੜੇ ਸੰਘਰਸ਼ 'ਚੋਂ ਨਿਕਲੀ ਹੋਈ ਸੰਸਥਾ, ਸਿੱਖਾਂ ਦੀ ਸੰਸਥਾ, ਔਰ ਉਹਨਾਂ ਨੂੰ ਉਹਨਾਂ ਸੰਸਥਾਵਾਂ ਨੂੰ ਮੈਂ ਸਮਝਦਾ ਕਿ ਸਟਰੈਂਥਨ ਕਰਨ ਲਈ ਸਾਨੂੰ ਮੁੜ ਕੇ ਆਤਮ ਮੰਥਨ ਕਰਕੇ ਉਹ ਜਿਹੇ ਪ੍ਰੋਗਰਾਮ ਲਿਖਣੇ ਚਾਹੀਦੇ ਨੇ, ਔਰ ਜੋ ਹੋਇਆ ਉਹਦੇ ਲਈ ਜਿਹੜਾ ਉਹ ਵਿਚਾਰ ਕਰਕੇ ਪਛਤਾਪ ਕਰਨਾ ਚਾਹੀਦਾ ਸਾਰਿਆਂ ਨੂੰ ਰਲ ਕੇ, ਔਰ ਸਾਰਿਆਂ ਨੂੰ ਰਲ ਕੇ ਕਾਂਗਰਸ ਨੂੰ ਅਤੇ ਸਾਰਿਆਂ ਨੂੰ ਰਲ ਕੇ ਜਿਹੜਾ ਸਾਨੂੰ ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਵਾਲੇ ਪਾਸੇ ਜਾਣਾ ਚਾਹੀਦਾ।